ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸਾਰੇ ਜਣੇ ਠੀਕ ਠਾਕ ਜੀ? ਅਤੇ ਅੱਜ ਆ 2 ਜਨਵਰੀ, ਅਤੇ ਅਨਮੋਲ ਅਤੇ ਜੋਤ ਗਏ ਆ ਕੱਲ੍ਹ ਦੇ ਸ਼ਿਕਾਰ ਆਪਣੇ ਪਿੰਡ, ਅਤੇ ਅਨਮੋਲ ਵੀ ਨਾਲ ਹੀ ਗਿਆ ਵਾ, ਅਤੇ ਉਹਨਾਂ ਨੇ ਕੱਲ੍ਹ ਦੀ ਰਾਤ ਵੀ ਰਹੇ ਆ, ਅਤੇ ਜਿਹੜੀ ਅੱਜ ਵਾਲੀ ਰਾਤ ਆ ਉਹ ਵੀ ਰਹਿਣਾ ਵਾ, ਮਤਲਬ 2 ਦਿਨ ਰਹਿਣਾ ਵਾ। ਅਤੇ ਮੇਰਾ ਇਹ ਪਲੈਨ ਸੀਗਾ ਕਿ ਮਗਰੋਂ ਮਗਰੋਂ ਚਲੋ ਥੋੜ੍ਹਾ ਬਹੁਤਾ ਜੇ ਕੰਮ ਕੀਤਾ ਜਾਵੇ ਅਤੇ ਕਰ ਲਈਏ, ਅਤੇ ਚਲੋ ਇੱਕ ਤਾਂ ਸਫਾਈ ਥੋੜ੍ਹੀ ਜਿਹੀ ਹੋ ਜੂਗੀ, ਅਤੇ ਇੱਕ ਨਾਲੇ ਟਾਈਮ ਪਾਸ ਹੋ ਜੂਗਾ, ਨਾਲੇ ਘਰ 'ਚ ਜਿੰਨੇ ਜੀਅ ਤਾਂ ਉਨੀਆਂ ਰੌਣਕਾਂ, ਅਤੇ ਹੁਣ ਉਹ 2 ਜਣੇ ਹੈ ਨਹੀਂ ਆ, ਅਤੇ ਘਰ 'ਚ ਰੌਣਕ ਵੀ ਥੋੜ੍ਹੀ ਮੁੱਕੀ ਜੀ ਆ। ਅਤੇ ਮੇਰਾ ਇਰਾਦਾ ਸੀ ਕਿ ਅਸੀਂ ਕੰਮ ਕਰ ਦਈਏ, ਮੈਂ ਤਾਂ ਮੰਮੀ ਘਰ ਹੀ ਹਾਂ, ਅਤੇ ਬਾਹਰ ਲਾਈਟਾਂ ਲੱਗਣੀਆਂ ਵਾ, ਉਹ ਵੀ ਇਹ ਕੰਮ ਬੜਾ ਪੈਂਡਿੰਗ ਸੀਗਾ, ਉਹ ਵੀ ਹੁਣ ਡਿਆ ਕਰਨਾ। ਅਤੇ ਥੋੜ੍ਹੀ ਜਿਹੀ ਸਫਾਈ ਆ, ਥੋੜ੍ਹੀ ਨਹੀਂ ਐਕਚੁਲੀ ਬਹੁਤ ਜ਼ਿਆਦਾ ਆ। ਅਤੇ ਆਹ ਅਲਮਾਰੀ ਮੈਂ ਇਰਾਦਾ ਸੀ ਚੁੱਕੇ ਨੂੰ ਦੂਜੇ ਰੂਮ 'ਚ ਰੱਖੀਏ, ਮਗਰੋਂ ਬਹੁਤ ਜ਼ਿਆਦਾ ਖਲਾਰਾ ਨਿਕਲਿਆ ਵਾ, ਅਤੇ ਫਿਲਹਾਲ ਤਾਂ ਜੇ ਇੱਦਾਂ ਹੀ ਆ। ਸੋਚ ਰਹੇ ਹਾਂ ਕਿ ਸੈਟਿੰਗ ਥੋੜ੍ਹੀ ਜਿਹੀ ਚੇਂਜ ਕਰ ਲਈਏ, ਅਤੇ ਇਹ ਕਰਕੇ ਪਹਿਲਾਂ ਤਾਂ ਅਲਮਾਰੀ ਚੁੱਕੀਏ, ਇੱਥੋਂ ਅਲਮਾਰੀ ਚੁੱਕ ਕੇ ਇਸ ਜਗ੍ਹਾ 'ਤੇ ਰੱਖਣੀ ਆ, ਰੱਖਣਾ ਡਰੈਸਿੰਗ ਟੇਬਲ, ਅਤੇ ਪਹਿਲਾਂ ਉਹ ਕੰਮ ਕਰ ਲਈਏ। ਮਿਸਤਰੀ ਆ ਸਾਡੇ ਪਿੰਡ ਦਾ ਹੈ, ਸਾਡਾ ਚਲੋ ਭਰਾ ਹੀ ਆ ਗੋਪੀ, ਇਹ 2 ਮਿੰਟ ਕੰਮ ਕੀਤੇ, ਇੱਕ ਲਾਈਟਾਂ ਲਾਈਆਂ ਬਾਹਰ ਅਤੇ ਕੰਪੋਟ, ਅਤੇ ਹੁਣ ਕਹਿੰਦਾ ਸਾਡੇ ਤੋਂ ਹੋ ਗਿਆ, ਗਿਆ ਕਿੱਥੇ ਜਾਣਾ ਵਾ? ਹਾਂ ਹੁਣ ਬਣੀ ਗੱਲ, ਸੁਣੀ ਲੱਗ ਗਿਆ, ਵਾਹ ਵਾਹ ਕੰਮ ਹੋ ਜਾਂਦਾ ਮਗਰੋਂ ਮਗਰੋਂ, ਬਣੀ ਗੱਲ ਕਿ ਹੁਣ ਜਗੂਗੀ ਤਾਂ ਫਿਰ ਪਤਾ ਲੱਗਣਾ। ਇੱਧਰ ਵੇਖ ਕੀ ਬਣਦਾ, ਲਵਲੀ ਇੰਨੀ ਭੀੜ ਲੈ ਵੀ ਮੈਂ ਕਦੀ ਨਹੀਂ ਵੇਖੀ ਆ ਪੰਬਾ, ਇੰਨੀ ਭੀੜ ਨਹੀਂ ਕਦੀ ਵੇਖੀ, ਭੀੜ ਕੀ ਆ, ਇੱਦਾਂ ਜਿੱਦਾਂ ਮੇਲਾ ਲੱਗਾ ਹੁੰਦਾ ਵਾ, ਤੁਹਾਡਾ ਭਲਾ ਹੋ ਜੇ, ਤੇਰਾ ਭਲਾ, ਵੇਖ ਲੈਣ ਕਿੱਦਾਂ, ਵੇਖ ਲੈਣ ਚਾਚਾ। ਇਹ ਪਤਾ ਕਿਉਂ ਹੋਣ ਡਿਆ ਵਾ ਇੱਦਾਂ? ਕਿਉਂ ਮੇਰੀ ਘਰ ਦੀ ਜਿਹੜੀ ਆ ਨਾ ਉਹ ਚੱਲ ਗਈ ਆ ਨਾ ਪੇਕੇ। ਅੱਛਾ, ਇਹ ਉਹਦੇ ਜਾਣ ਕਰਕੇ ਸਾਰਾ ਕੁਛ ਹੋਣ ਡਿਆ, ਉਹ ਸਥਿਰਤਾ ਨਹੀਂ ਨਾ ਰਹੀ ਸਾਰੇ ਮਾਹੌਲ ਦੇ ਵਿੱਚ, ਇੰਨੀ ਬਿਪਤਾ ਪਈ ਸਾਰੇ ਮੁਲਕ ਨੂੰ, ਮਤਲਬ ਤੇਲ ਦੀ ਬਹੁਤ ਜ਼ਿਆਦਾ ਕਿੱਲਤ ਵਾ ਜੀ, ਤੇਲ ਜ਼ਰੂਰ ਆਪਣੇ ਕੋਲ ਰੱਖੋ, ਅਤੇ ਆਹ ਵੀਰ ਹੋਣਾਂ ਦੇ ਟੈਂਕੀਆਂ ਭਰਾਲੀਆਂ ਹੋਣਗੇ, ਲਾਲ ਸੂਹਾ ਤੇਲ ਇਹ ਘੁੱਟ ਪੀ ਕੇ ਵੀ ਆਇਆ ਕਰਨਾ ਨਾ ਜਦੋਂ ਵੀਡੀਓ। ਕਹਿਣੀ ਤਾਂ ਬੜੀ ਲੈ ਗਿਆ, ਡੀਜ਼ਲ ਤਾਂ ਮਿਲਿਆ ਨਹੀਂ ਉੱਥੋਂ, ਅਮਾਂ ਲਾਓ ਲਵਲੀ ਹੋਵੇ ਕਿੱਥੇ ਲੱਗਣੀ, ਫਿਰ ਇੱਥੇ ਲੈਣਾ ਹੀ ਸਹੀ, ਮੈਂ ਕਿਹਾ ਬੁੱਢੀ ਤੋਂ ਬਿਨਾਂ ਘਰ ਇੱਦਾਂ ਦੇ ਹੋ ਜਾਂਦੇ, ਤੇ ਕਹਿੰਦਾ ਬੁੱਢੀ ਆ ਨਹੀਂ ਦਿੰਦਾ, ਅਤੇ ਬਸ ਜੀ ਹੁਣ ਹੋ ਗਿਆ ਰਾਤ ਦੇ 5:55, ਮਤਲਬ 6 ਵਜੇ ਚੱਲਿਆ, ਹਨੇਰਾ ਹੋ ਗਿਆ ਬਾਹਰ, ਅਤੇ ਸਫਾਈ ਤਾਂ ਵੈਸੇ ਕਾਫੀ ਜ਼ਿਆਦਾ ਹੋ ਗਈ ਆ। ਮੇਨ ਅਟਰੈਕਸ਼ਨ ਦਾ ਕੰਮ ਕਰ ਰਹੀ ਆ ਉਹ ਆ ਇਹ ਵਾਲੀ ਫੋਟੋ, ਬਹੁਤ ਸੋਹਣੀ ਲੱਗਣੀ ਆ, ਸਫਾਈ ਸਫਾਈ ਮੈਂ ਕਰ ਲਈ ਸਾਰੀ, ਅਤੇ ਰੂਮ ਦਾ ਜੋ ਹੁਣ ਹਾਲ ਉਹ ਇੱਦਾਂ ਦਾ ਆ, ਦੇਖਿਆ ਸੋਹਣਾ ਹੋ ਗਿਆ ਨਾ, ਉਹ ਅੱਗੇ ਤਾਂ ਹੋਰ ਤਰ੍ਹਾਂ ਦਾ ਹੋ ਗਿਆ, ਉਹ ਕਿਸੇ ਲੱਗਣੀ ਤੇ
ਚਲੋ ਵਧੀਆ ਹੋ ਗਿਆ ਬੱਚਿਆਂ ਆਏ ਨਾ ਕੱਲ ਹੁਣ ਹੋਰ ਕੀ ਅੱਗੇ ਇੱਥੇ ਹੁੰਦਾ ਸੀ ਘਰ ਤੇ ਕਦੀ ਉਹਨੇ ਕੁਛ ਕਹਿਣਾ ਕਦੀ ਕੁਛ ਕਹਿਣਾ ਜਿਨ੍ਹਾਂ ਗੱਲਾਂ ਦੇ ਨਾਲ ਹੀ ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਪੈਟਰੋਲ ਨਹੀਂ ਭਰਾਇਆ ਪੈਟਰੋਲ ਭਰਵਾ ਲਓ ਮੁੜ ਕੇ ਨਾ ਕਹੇ ਪੈਟਰੋਲ ਮੁੱਕ ਗਿਆ ਵਾ ਠੀਕ ਆ ਨਾ ਮੈਂ ਰੀਲ ਇੱਕ ਪਾਈ ਆ ਇੰਸਟਾਗ੍ਰਾਮ ਤੇ ਜ਼ਰੂਰ ਸਾਰਿਆਂ ਜਾ ਕੇ ਇੰਸਟਾ 'ਤੇ ਫੋਲੋ ਕਰਿਓ ਅਤੇ ਉੱਥੇ ਮਤਲਬ ਰੀਲਾਂ ਵਗੈਰਾ ਅਸੀਂ ਪਾਉਂਦੇ ਜ਼ਿਆਦਾ ਹੋਰ ਕੋਈ ਕੰਟੈਂਟ ਨਹੀਂ ਪਾਉਂਦੇ ਅਤੇ ਉੱਦਾਂ ਟਰਾਈ ਕਰਾਂਗੇ ਜੇ ਕੋਮੇਡੀ ਵਗੈਰਾ ਰੀਲਾਂ ਥੋੜ੍ਹੀਆਂ ਬਹੁਤੀਆਂ ਜੇ ਪਾਈਏ ਤਾਂ ਫਿਰ ਦੇਖਾਂਗੇ ਅਤੇ ਬਸ ਇੰਨੀਆਂ ਗੱਲਾਂ ਦੇ ਨਾਲ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣਾ ਧਿਆਨ ਰੱਖੋ ਠੰਡ ਤੋਂ ਬਚੋ ਅਤੇ ਮਿਲਦੇ ਹਾਂ ਅਗਲੇ ਬਲੌਗ 'ਚ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਜਣੇ ਠੀਕ ਠਾਕ ਜੇ ਅਤੇ ਅੱਜ ਆ 2 ਜਨਵਰੀ ਅਤੇ ਅਨਮੋਲ ਅਤੇ ਜੋਤ ਗਏ ਆ ਕੱਲ੍ਹ ਦੇ ਸ਼ਿਕਾਰ ਆਪਣੇ ਪਿੰਡ ਅਤੇ ਅਨਮੋਲ ਵੀ ਨਾਲ ਹੀ ਗਿਆ ਵਾ ਅਤੇ ਉਹਨਾਂ ਨੇ ਕੱਲ੍ਹ ਦੀ ਰਾਤ ਵੀ ਰਹੇ ਆ ਅਤੇ ਜਿਹੜੀ ਅੱਜ ਵਾਲੀ ਰਾਤ ਆ ਉਹ ਵੀ ਰਹਿਣਾ ਵਾ ਮਤਲਬ 2 ਦਿਨ ਰਹਿਣਾ ਵਾ ਅਤੇ ਮੇਰਾ ਇਹ ਪਲੈਨ ਸੀਗਾ ਕਿ ਮਗਰੋਂ ਮਗਰੋਂ ਚਲੋ ਥੋੜ੍ਹਾ ਬਹੁਤਾ ਜੇ ਕੰਮ ਕੀਤਾ ਜਾਵੇ ਅਤੇ ਕਰ ਲਈਏ ਅਤੇ ਚਲੋ ਇੱਕ ਤਾਂ ਸਫਾਈ ਥੋੜ੍ਹੀ ਜਿਹੀ ਹੋ ਜੂਗੀ ਅਤੇ ਇੱਕ ਨਾਲੇ ਟਾਈਮ ਪਾਸ ਹੋ ਜੂਗਾ ਨਾਲੇ ਘਰ 'ਚ ਜਿੰਨੇ ਜੀਤ ਹੋਣੀਆਂ ਰੌਣਕਾਂ ਅਤੇ ਹੁਣ ਉਹ 2 ਜਣੇ ਹੈ ਨਹੀਂ ਆ ਅਤੇ ਘਰ 'ਚ ਰੌਣਕ ਵੀ ਥੋੜ੍ਹੀ ਮੁੱਕੀ ਜੀ ਆ ਅਤੇ ਮੇਰਾ ਹੀ ਇਰਾਦਾ ਸੀ ਕਿ ਅਸੀਂ ਕੰਮ ਕਰ ਦਈਏ ਮੈਂ ਤਾਂ ਮੰਮੀ ਕਰੀ ਹਾਂ ਅਤੇ ਬਾਹਰ ਲਾਈਟਾਂ ਲੱਗਣੀਆਂ ਵਾ ਉਹ ਵੀ ਇਹ ਕੰਮ ਬੜਾ ਪੈਂਡਿੰਗ ਸੀਗਾ ਉਹ ਵੀ ਹੁਣ ਡਿਆ ਕਰਨਾ ਅਤੇ ਥੋੜ੍ਹੀ ਜਿਹੀ ਸਫਾਈ ਆ ਥੋੜ੍ਹੀ ਨਹੀਂ ਐਕਚੁਅਲੀ ਬਹੁਤ ਜ਼ਿਆਦਾ ਆ ਅਤੇ ਆਹ ਅਲਮਾਰੀ ਮੈਂ ਇਰਾਦਾ ਸੀ ਚੁੱਕੇ ਨੂੰ ਦੂਜੇ ਰੂਮ 'ਚ ਰੱਖੀਏ ਮਗਰੋਂ ਬਹੁਤ ਜ਼ਿਆਦਾ ਖਲਾਰਾ ਨਿਕਲਿਆ ਵਾ ਅਤੇ ਫਿਲਹਾਲ ਤਾਂ ਜੇ ਇੱਦਾਂ ਹੀ ਆ ਸੋਚ ਰਹੇ ਹਾਂ ਕਿ ਸੈਟਿੰਗ ਥੋੜ੍ਹੀ ਜਿਹੀ ਚੇਂਜ ਕਰ ਲਈਏ ਅਤੇ ਇਹ ਕਰਕੇ ਪਹਿਲਾਂ ਤਾਂ ਅਲਮਾਰੀ ਚੁੱਕੀਏ ਇੱਥੋਂ ਅਲਮਾਰੀ ਚੁੱਕ ਕੇ ਇਸ ਜਗ੍ਹਾ 'ਤੇ ਰੱਖਣੀ ਆ ਰੱਖਣਾ ਡਰੈਸਿੰਗ ਟੇਬਲ ਅਤੇ ਪਹਿਲਾਂ ਉਹ ਕੰਮ ਕਰ ਲਈਏ ਮਿਸਤਰੀ ਆ ਸਾਡੇ ਪਿੰਡ ਦਾ ਹੈ ਦਿਹਾੜਾ ਚਲੋ ਭਰਾ ਹੀ ਆ ਗੋਪੀ ਇਹ 2 ਵਜੇ ਨੇ ਕੰਮ ਕੀਤੇ ਇੱਕ ਲਾਈਟਾਂ ਲਾਈਆਂ ਬਾਹਰ ਕੰਪਿਊਟਰ ਅਤੇ ਹੁਣ ਕਹਿੰਦਾ ਸਾਡੇ ਤੋਂ ਗਿਆ ਕਿੱਥੇ ਜਾਣਾ ਵਾ ਗੋਪੀ ਭਾਈ ਨੂੰ ਨੰਬਰ ਦੇ ਦੂੰਗਾ ਮੈਂ ਠੀਕ ਹੈ ਜੀ ਓਕੇ ਜੀ ਤੇ ਆਹ ਹੁਣ ਫੋਟੋ ਦਾ ਕਿੱਦਾਂ ਕਰਨੀ ਆ ਫੋਟੋ ਥੱਲੇ ਆ ਕੇ ਵਿਖਾਉਣਾ ਪਹਿਲਾਂ ਆ ਫੋਟੋ ਤੇ ਮੈਂ ਲਾਈ ਆ ਪੈਸੇ ਉਦਾਂ ਮੇਰੇ ਬਣਦੇ ਆ ਹਾਂ ਹੁਣ ਬਣੀ ਗੱਲ ਸੋਹਣੀ ਲੱਗ ਗਿਆ ਵਾਹਵਾ ਕੰਮ ਹੋ ਜਾਂਦਾ ਮਗਰੋਂ ਮਗਰੋਂ ਬਣੀ ਗੱਲ ਕਿ ਨਹੀਂ ਹੁਣ ਜਗੂਗੀ ਤਾਂ ਫਿਰ ਪਤਾ ਲੱਗਣਾ ਪਤਾ ਕਿਉਂ ਹੋ ਡਿਆ ਇਦਾਂ ਕਿਉਂ ਮੇਰੀ ਘਰ ਦੀ ਜਿਹੜੀ ਆ ਨਾ ਉਹ ਚੱਲ ਗਈ ਪੇਕੇ ਅੱਛਾ ਇਹ ਉਹਦੇ ਜਾਣ ਕਰਕੇ ਸਾਰਾ ਕੁਛ ਹੋ ਡਿਆ ਉਸ ਸਥਿਰਤਾ ਨਹੀਂ ਨਾ ਰਹੀ ਸਾਰੇ ਮਾਹੌਲ ਦੇ ਵਿੱਚ ਇੰਨੀ ਬਿਪਤਾ ਪਈ ਸਾਰੇ ਮੁਲਕ ਨੂੰ ਮਤਲਬ ਤੇਲ ਦੀ ਬਹੁਤ ਜ਼ਿਆਦਾ ਕਿੱਲਤ ਵਾ ਜੀ ਤੇਲ ਜ਼ਰੂਰ ਆਪਣੇ ਕੋਲ ਰੱਖੋ ਅਤੇ ਆਹ ਵੀਰ ਹੋਣਾ ਤਾਂ ਟੈਂਕੀਆਂ ਭਰਾਲੀਆਂ ਹੋਵੇ ਲਾਲ ਸੂਹਾ ਤੇਲ ਇਹ ਘੁੱਟ ਪੀ ਕੇ ਵੀ ਆਇਆ ਕਰਨਾ ਨਾ ਜਦੋਂ ਵੀਡੀਓ ਕਹਿੰਦੇ ਬੜੀ ਲੈ ਗਿਆ ਡੀਜ਼ਲ ਤਾਂ ਮਿਲਿਆ ਨਹੀਂ ਉੱਥੋਂ ਅਮਾ ਲਾਓ ਲਵਲੀ ਹੋਵੇ ਕਿੱਥੇ ਲੱਗਣੀ ਫਿਰ ਇੱਥੇ ਲੈਣਾ ਸਹੀ
ਮੈਂ ਬੁੱਢੀ ਤੋਂ ਬਿਨਾਂ ਘਰ ਇੱਦਾਂ ਦੇ ਹੋ ਜਾਂਦੇ ਤੇ ਕਹਿੰਦਾ ਬੁੱਢੀ ਆ ਨਹੀਂ ਦਿੰਦਾ ਬੁੱਢੀ ਦੇ ਬਿਨਾਂ ਮੋਸ਼ਨ ਖੜੀ ਹੁੰਦੀ ਹੈ ਜਾਂ ਮੋਸ਼ਾ ਖੜੀ ਹੁੰਦੀ ਤਾਂ ਭਾਈ ਚੱਲ ਤੇ ਬਸ ਜੀ ਹੁਣ ਹੋ ਗਿਆ ਰਾਤ ਦੇ 5:55 ਮਤਲਬ 6 ਚੱਲਿਆ ਹਨੇਰਾ ਹੋ ਗਿਆ ਬਾਹਰ ਅਤੇ ਸਫਾਈ ਤਾਂ ਵੈਸੇ ਕਾਫੀ ਜ਼ਿਆਦਾ ਹੋ ਗਈ ਆ ਮੇਨ ਅਟਰੈਕਸ਼ਨ ਦਾ ਕੰਮ ਕਰ ਰਹੀ ਆ ਉਹ ਆ ਇਹ ਵਾਲੀ ਫੋਟੋ ਬਹੁਤ ਸੋਹਣੀ ਲੱਗਣੀ ਆ ਸਫਾਈ ਸਫਾਈ ਮੈਂ ਕਰ ਲਈ ਸਾਰੀ ਅਤੇ ਰੂਮ ਦਾ ਜੋ ਹੁਣ ਹਾਲ ਉਹ ਇੱਦਾਂ ਦਾ ਆ ਟੈਂ ਟੈਂ ਦੇਖਿਆ ਸੋਹਣਾ ਹੋ ਗਿਆ ਨਾ ਉਹ ਚਲੋ ਵਧੀਆ ਹੋ ਗਿਆ ਬੱਚਿਆਂ ਆਏ ਨਾ ਕੱਲ ਹੁਣ ਹੋਰ ਕੀ ਅੱਗੇ ਇੱਥੇ ਹੁੰਦਾ ਸੀ ਘਰ ਤੇ ਕਦੀ ਉਹਨੇ ਕੁਛ ਕਹਿਣਾ ਕਦੀ ਕੁਛ ਕਹਿਣਾ ਜਿਨ੍ਹਾਂ ਗੱਲਾਂ ਦੇ ਨਾਲ ਹੀ ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਪੈਟਰੋਲ ਨਹੀਂ ਭਰਾਇਆ ਪੈਟਰੋਲ ਭਰਵਾ ਲਓ ਮੁੜਕਿਆਂ ਨਾਲ ਗਏ ਪੈਟਰੋਲ ਮੁੱਕ ਗਿਆ ਵਾ ਠੀਕ ਹੈ ਨਾ ਮੈਂ ਰੀਲ ਇੱਕ ਪਾਈ ਆ ਇੰਸਟਾਗ੍ਰਾਮ 'ਤੇ ਜ਼ਰੂਰ ਸਕਦੇ ਜਾ ਕੇ ਇੰਸਟਾ 'ਤੇ ਫੋਲੋ ਕਰਿਓ ਅਤੇ ਉੱਥੇ ਮਤਲਬ ਰੀਲਾਂ ਵਗੈਰਾ ਅਸੀਂ ਪਾਉਂਦੇ ਜ਼ਿਆਦਾ ਹੋਰ ਕੋਈ ਕੰਟੈਂਟ ਨਹੀਂ ਪਾਉਂਦੇ ਅਤੇ ਉੱਦਾਂ ਟਰਾਈ ਕਰਾਂਗੇ ਜੇ ਕੋਮੇਡੀ ਵਗੈਰਾ ਰੀਲਾਂ ਥੋੜ੍ਹੀਆਂ ਬਹੁਤੀਆਂ ਜੇ ਪਾਈਏ ਤਾਂ ਫਿਰ ਦੇਖਾਂਗੇ ਅਤੇ ਬਸ ਇੰਨੀਆਂ ਗੱਲਾਂ ਦੇ ਨਾਲ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣਾ ਧਿਆਨ ਰੱਖੋ ਠੰਡ ਤੋਂ ਬਚੋ ਅਤੇ ਮਿਲਦੇ ਹਾਂ ਅਗਲੇ ਬਾਏ ਬਾਏ।